ਦੇ ਪੈਰੋਕਾਰ ਤੇ ਉਹਨਾਂ ਨੂੰ ਖਿਤਾਬ ਕੀ ਦਊਗਾ, ਮੇਰਾ ਭੰਗੀ ਦਾਸ ਆ ਕੇ, ਭੰਗੀ ਕਿਹਨੂੰ ਕਹਿੰਦੇ ਆ ਜਿਹੜਾ ਨਾਲੀਆਂ ਸਾਫ ਕਰਦਾ, ਤੇ ਉਹਨੂੰ ਭੰਗੀ ਦਾਸ ਦੇ ਖਿਤਾਬ ਦੇਖੋ। ਉਹਨਾਂ ਦੇ ਬਾਰ ਮੂਹਰੇ ਆ ਕੇ ਕੈਂਟਰ ਖੜ ਜਾਂਦਾ, ਡੇਰੇ ਦਾ ਪ੍ਰਸ਼ਾਦ ਆ ਗਿਆ, ਡੇਰੇ ਦਾ ਪ੍ਰਸ਼ਾਦ ਆ ਗਿਆ, ਕਮਲੇ ਲੋਕ ਭੱਜ ਭੱਜ ਡੇਰੇ ਦਾ ਪ੍ਰਸ਼ਾਦ। ਤੇ ਪ੍ਰਸ਼ਾਦ ਕੀ ਆ, ਇੱਕ ਇੱਕ ਮੂਲੀ ਇੱਕ ਇੱਕ ਆਲੂ ਲਿਫਾਫੇ 'ਚ ਪਾਇਆ ਹੁੰਦਾ 10-10 ਰੁਪਈਏ ਦਾ। ਦੇਖੋ ਗੁਰਮੁਖ ਪਿਆਰੋ ਕਿੱਡਾ ਵੱਡਾ ਧੋਖਾ। ਆ ਪਿੱਛੇ ਜੇ ਪੈਸਿਆਂ ਦੀ ਲੋੜ ਪੈ ਗਈ, ਉਹਨੂੰ 50 ਲੱਖ ਦੀ ਮਿਰਚਾਂ ਸ਼ਿਮਲਾ ਮਿਰਚਾਂ ਦੀ ਟੋਕਰੀ ਵੇਚਤੀ ਉਹਨੇ ਆਪਣੇ ਪੈਰੋਕਾਰਾਂ ਨੂੰ। 100 ਮਿਰਚਾਂ ਸੀ, ਇੱਕ ਮਿਰਚ ਦਾ 50,000 ਮੁੱਲ ਪੈ ਗਿਆ। ਤੇ ਗੁਰਮੁਖ ਪਿਆਰਿਓ 50 ਲੱਖ ਦੀ ਸ਼ਿਮਲਾ ਮਿਰਚਾਂ ਦੀ ਟੋਕਰੀ ਪ੍ਰਚਾਰ ਕੀ ਕਰਾਇਆ? ਅਖੇ ਪਿਤਾ ਜੀ ਨੇ ਆਪਣੀ ਗੁਫਾ 'ਚ ਤਿਆਰ ਕੀਤੀਆਂ ਨੇ, ਅਖੇ ਆਪ ਮਿਹਨਤ ਕਰਕੇ ਅਖੇ ਬਣਾਈਆਂ ਨੇ, ਤਾਂ ਇਹ ਭਗਤੀ ਬੜੀ ਇਹਨਾਂ 'ਚ ਜਿਹੜੇ ਖਾਣਗੇ ਭਗਤੀ ਬੜੀ ਆਊ ਅਖੇ। ਤੇ ਦੇਖੋ ਕਮਲੇ ਲੋਕ 50 ਲੱਖ ਦੀ ਸ਼ਿਮਲਾ ਮਿਰਚਾਂ ਦੀ ਟੋਕਰੀ ਖਰੀਦ ਕੇ ਲੈ ਗਏ। ਅਖਬਾਰਾਂ 'ਚ ਤੁਸੀਂ ਪੜ੍ਹਿਆ 25 ਲੱਖ ਦੀ ਅੰਗੂਰਾਂ ਦੀ ਟੋਕਰੀ, ਸਾਰਾ ਕੁਝ ਹੈ ਉੱਥੇ ਹੀ ਗੁਰਮੁਖ ਪਿਆਰੇ ਉਹੀ ਖੇਤੀ 'ਚੋਂ ਤੋੜ ਕੇ ਇਹ ਪਿਤਾ ਜੀ ਨੇ। ਪਿਤਾ ਜੀ ਨੂੰ ਤੇ ਕਲੋਲਾਂ ਤੋਂ ਵਿਹਲ ਨਹੀਂ ਮਿਲਦਾ, ਉਹਨੇ ਕਦੋਂ ਮਿਰਚਾਂ ਬੀਜ ਲਈਆਂ, ਕਦੋਂ ਉਹਨੇ ਅੰਗੂਰ ਬੀਜ ਲਏ। ਜਿਹੜੇ ਕੁਝ ਉਹ ਕਰਦਾ ਗੁਰਮੁਖ ਪਿਆਰਿਓ ਤੁਸੀਂ ਦੇਖਦੇ ਹੀ ਆ, ਨਹੀਂ ਤੇ ਨੈੱਟ ਦੇ ਉੱਤੇ ਕਿਤੇ ਜਾ ਕੇ ਝੂਠਾ ਸੌਦਾ ਪਾ ਕੇ ਤੇ ਨੈੱਟ ਖੋਲ ਕੇ ਦੇਖ ਲਿਓ, ਉਹਦੇ ਡੇਰੇ ਦਾ ਡੇਰਾ ਸਰਸਾ ਪਾ ਕੇ ਦੇਖ ਲਿਓ, ਉਹਦੀਆਂ ਕਲੋਲਾਂ 4-4 ਲੱਖ ਦੇ ਵਸਤਰ ਪਾਏ, ਹੱਥ ਵਿੱਚ ਖੁਰਪੀ ਜੀ ਲੈ ਕੇ ਉਹੀ ਐਵੇਂ ਕਿਸੇ ਆਲੂਆਂ ਦੇ ਮੁੱਢ 'ਚ ਲਾ ਕੇ ਫੋਟੋ ਖਿਚਾ ਕੇ ਇਹ ਪਿਤਾ ਜੀ ਖੇਤੀ ਕਰਦੇ ਹੋਏ। ਲੈ ਦੱਸੋ ਕਿਤੇ 4 ਲੱਖ ਦੀਆਂ ਪੁਸ਼ਾਕਾਂ ਪਾ ਕੇ ਖੇਤੀ ਹੁੰਦੀ ਆ? ਗੁਰਮੁਖ ਪਿਆਰਿਓ 5-7 ਹਜ਼ਾਰ 10 ਹਜ਼ਾਰ ਦਾ ਜੋੜਾ ਪਾ ਕੇ ਤੇ ਹੱਥ ਵਿੱਚ ਕਈ ਇਹ ਪਿਤਾ ਜੀ ਪਾਣੀ ਦੇ ਨੱਕੇ ਮੋੜਦੇ ਹੋਏ ਅਖੇ ਖੇਤਾਂ 'ਚ, ਵੀ ਕਿਤੇ 10-10 ਹਜ਼ਾਰ ਦੀਆਂ ਜੁੱਤੀਆਂ ਪਾ ਕੇ ਨੱਕੇ ਮੋੜੇ ਜਾਂਦੇ ਆ। ਆ ਜਿਹੜੇ ਖੇਤੀ ਕਰਦੇ ਇਹਨਾਂ ਨੂੰ ਪੁੱਛੋ ਖੇਤੀ ਕਿਵੇਂ ਹੁੰਦੀ ਆ? ਮਾਫ ਕਰਨਾ ਗੁਰਮੁਖ ਪਿਆਰਿਓ, ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਕਿਵੇਂ ਵਹਾਇਆ ਜਾਂਦਾ ਪਾਣੀ ਵਾਂਗੂ? ਤੇ ਪਖੰਡ ਦਿਖਾਵਾ ਕੁਝ ਹੋਰ ਕਰਨਾ ਹੋਰ, ਇਹਨਾਂ ਨੇ ਦਿੱਤਾ ਦੁੱਤਾ ਆਪਾਂ ਨੂੰ ਕੁਛ ਨੀ, ਗੁਰਮੁਖੋ ਖੋਇਆ ਹੀ ਆ, ਲਿਆ ਹੀ ਆ, ਅਣਖਾਂ ਖੋ ਲਈਆਂ, ਇੱਜਤਾਂ ਖੋ ਲਈਆਂ, ਧਨ ਮਾਲ ਖੋ ਲਿਆ, ਦਿੱਤਾ ਦੁੱਤਾ ਕੁਛ ਨੀ, ਨਾ ਹੀ ਦੇਣਾ, ਖੋ ਸਕਦੇ ਆ। ਅੱਜ ਨੇ ਪਖੰਡੀ ਗੁਰੂ ਇਹਨਾਂ ਤੋਂ ਬਚੋ, ਗੁਰੂ ਸਾਹਿਬ ਨੇ ਦਿੱਤਾ, ਗੁਰੂ ਸਾਹਿਬ ਨੇ ਦੇਣਾ। ਗੁਰੂ ਗ੍ਰੰਥ ਸਾਹਿਬ 'ਚ ਸਾਂਝਾ ਉਪਦੇਸ਼, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼, 4 ਵਰਨਾ ਕੋ ਸਾਂਝਾ, ਕੱਲਾ ਉਪਦੇਸ਼ ਨਹੀਂ, ਸਤਿਗੁਰ ਨੇ ਸਾਨੂੰ ਸਾਡੇ ਉੱਪਰ ਦੀ ਸਰਬੰਸ ਵਾਰਿਆ, ਸਭ ਕੁਝ ਦਿੱਤਾ, ਇਹ ਖੋ ਸਕਦੇ ਆ। ਕਿਸੇ ਨੌਜਵਾਨ ਦਾ ਵਿਆਹ ਨਹੀਂ ਸੀ ਹੁੰਦਾ ਤੇ ਉਹਨੂੰ ਕਿਸੇ ਸਲਾਹ ਦਿੱਤੀ, ਪੀਰ ਮਤੋਈ ਦੀ ਬੜੀ ਮਹਿਮਾ, ਬੜਾ ਮੰਨਿਆ ਪੀਰ, ਜਾ ਕੇ ਦੀਵਾ ਜਗਾ, ਦਾਨ ਦਕਸ਼ਣਾ ਲੈ ਕੇ ਜਾ। ਨੌਜਵਾਨ ਜਾਵੇ ਨਾ, ਲੋਕਾਂ ਦਾ ਧੱਕਿਆ ਚਲੇ ਗਿਆ, ਤੇ ਜਾ ਕੇ ਜੇ ਦੀਵਾ ਜਗਾਇਆ, ਦਾਨ ਦਕਸ਼ਣਾ ਰੱਖੀ ਆ, ਵਸਤਰ ਭੇਟ ਕਬਰ ਤੇ ਚਾਦਰ ਚੜਾਉਣ ਲੱਗੇ ਆ, ਘਰੋਂ ਸੁਨੇਹਾ ਮਿਲ ਗਿਆ, ਕਹਿੰਦੇ ਨੌਜਵਾਨਾਂ ਤੇਰੀ ਤੇ ਮਾਂ ਚੜ੍ਹਾਈ ਕਰ ਗਈ, ਅਜਨ ਜੇਤ ਖੜੀ ਖੜੀ ਡਿੱਗ ਪਈ, ਅਟੈਕ ਹੋ ਗਿਆ, ਉਹਦੇ ਚੜ੍ਹਾਈ ਕਰ ਗਈ। ਤੇ ਗੁਰਮੁਖ ਪਿਆਰਿਓ ਖੜਾ ਹੋ ਕੇ, ਨੌਜਵਾਨ ਦਾਨ ਦਕਸ਼ਣਾ ਭੁੱਲ ਗਿਆ, ਦੀਵਾ ਜਗਾਉਣਾ ਭੁੱਲ ਗਿਆ, ਖੜਾ ਹੋ ਕੇ ਪੀਰ ਮਤੋਈ ਨੂੰ ਕਹਿੰਦਾ, ਵਾਹ ਉਹ ਪੀਰ ਮਤੋਈ, ਮਹਿਮਾ ਤੇ ਬੜੀ ਸੁਣੀ ਸੀ, ਆਇਆ ਤੇ ਵਿਆਹ ਦੀ ਆਸ ਲੈ ਕੇ ਸੀ। ਕਹਿੰਦਾ, ਵਾਹ ਉਹ ਪੀਰ ਮਤੋਈ, ਕਹਿੰਦਾ ਮੈਨੂੰ ਤਾਂ ਕੀ ਦੇਣੀ, ਤੂੰ ਤੇ ਬਾਪੂ ਵਾਲੀ ਵੀ ਖੋਈ। ਕਹਿੰਦਾ, ਗੱਜ ਕੇ ਆਖੋ ਸਤਨਾ, ਵਾਹ ਉਹ ਪੀਰ ਮਤੋਈ, ਕਹਿੰਦਾ ਮੈਨੂੰ ਤਾਂ ਕੀ ਦੇਣੀ, ਤੂੰ ਤੇ ਬਾਪੂ ਵਾਲੀ ਵੀ ਖੋਈ। ਇਹ ਗੁਰਮੁਖ ਪਿਆਰੋ, ਦੇਣਾ ਦੂਣਾ ਇਹਨਾਂ ਨੇ ਕੱਖ ਨੀ, ਪਖੰਡੀਆਂ ਨੇ, ਇਹਦੇ ਪਹਿਲਾਂ ਵਾਲਾ ਵੀ ਖੋ ਸਕਦੇ ਆ। ਇਸ ਕਰਕੇ ਗੁੰਮਰਾਹ ਨਾ ਹੋ ਪਖੰਡੀਆਂ ਪਿੱਛੇ, ਆਪੋ ਆਪਣੇ ਧਰਮ, ਕੋਈ ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਸਿੱਖ ਹੈ, ਆਪਣੇ ਧਰਮ ਦੀ ਮਰਜ਼ਾਦਾ 'ਚ ਪੱਕੇ ਹੋਵੋ, ਦੰਬੀਆਂ ਪਖੰਡੀਆਂ ਦਾ ਕਰੋ ਬੋਰੀ ਬਿਸਤਰਾ ਗੋਲ, ਕਰੋ ਜਮਣਾ ਤੋਂ ਪਾਰ ਇਹਨਾਂ ਨੂੰ, ਗੁਰੂ ਗ੍ਰੰਥ ਪੰਥ ਦੇ ਲੜ ਲੱਗੋ। ਇਹਨਾਂ ਦਾ ਤੇ ਉਹੀ ਕਹਾਵਤ ਆ ਪੰਜਾਬੀ ਦੀ, ਸੁੱਕਾ ਲਾਡ ਮਤੇਈ ਦਾ ਮੂੰਹ ਚੁੰਮੇ ਟੋਕਣਾ ਦੇਈ ਦਾ। ਮਤੇਈ ਮਾਂ ਦਾ ਸੁੱਕਾ ਲਾਡ ਹੁੰਦਾ ਮਤੇ ਪੁੱਤ ਨੂੰ, ਚੁੰਮਾ ਚੱਟੀ ਮਤੇ ਪੁੱਤ ਦੀ ਜ਼ਿਆਦਾ ਹੁੰਦੀ, ਆ ਮੇਰਾ ਲਾਲ, ਆ ਮੇਰਾ ਹੀਰਾ, ਆ ਮੇਰਾ ਚੰਦ। ਜਦੋਂ ਦੇਣਾ ਹੁੰਦਾ ਮਾਂ ਨੇ ਕੜਿਆ ਮਲਾਈ ਵਾਲਾ ਦੁੱਧ, ਉਦੋਂ ਸਕਾ ਪੁੱਤ ਭਾਲਦੀ ਆ ਵੀ ਕਿੱਥੇ ਉਹਨੂੰ ਪਿਆ ਦਿਆਂ, ਖਾਣ ਪੀਣ ਨੂੰ ਸਾਰਾ ਕੁਝ ਸਕੇ ਪੁੱਤ ਨੂੰ ਦੇਣਾ, ਚੁੰਮਾ ਚੱਟੀ ਮਤੇ ਪੁੱਤ ਦੀ ਜ਼ਿਆਦਾ ਹੁੰਦੀ ਆ। ਇਹ ਕਹਾਵਤ ਆ ਸੁੱਕਾ ਲਾਡ ਮਤੇਈ ਦਾ ਮੂੰਹ ਚੁੰਮੇ ਟੋਕਣਾ ਦੇਈ ਦਾ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਜਿਹੜੇ ਆਪਣੇ ਗੁਰੂ ਪਿਤਾ ਨੂੰ ਛੱਡ ਕੇ ਮਤੇਈਆਂ ਪਿੱਛੇ ਫਿਰਦੇ ਹੋ ਨਾ, ਸੁੱਕੀ ਚੁੰਮਾ ਚੱਟੀ ਮਿਲਣੀ ਆ, ਮਿਲਣਾ ਮੁੜਨਾ ਕੁਛ ਨੀ, ਜੇ ਗੁਰੂ ਸਾਹਿਬ ਨੇ ਸਾਰਾ ਕੁਛ ਦਿੱਤਾ ਦੇਣਾ, ਇਹਨਾਂ ਮਤੇਈਆਂ ਵਾਲਾ ਲਾਡ ਆ, ਇਹਨਾਂ ਕੋਲੇ ਪਖੰਡੀਆਂ ਕੋਲੇ ਦੇਣ ਲੈਣ ਨੂੰ ਹੈ ਨੀ ਕੁਛ ਵੀ, ਕੁਛ ਨੀ ਪੱਲੇ ਇਹਨਾਂ ਦੇ ਗੁਰਮੁਖ ਪਿਆਰ। ਇਸ ਕਰਕੇ ਆਓ
गुरु ग्रंथ पंथ दे मार्ग ते चलो गुरमुख प्यारियो शहीदां दे राह ते उन्हां शहीदां नूं सजदे करदे जिन्हां साडी खातर देश खातर धर्म खातर कौम खातर आपां वारिया उन्हां नूं सिर सरदा ना झुकाउंदे जाइए। पुरातन समय ते वर्तमान समय दे समूह शहीदां मुरीदां नूं गुरु अर्जन देव पातशाह तों लैके हुण तक दे समूह शहीदां नूं गुरमुख प्यारियो करो सजदा पढ़ो रंभदा दी धारणा फिर समाप्ति च शामिल होइए सारे प्यार दा सबूत दिओ। जन्ना जंदड़ी धर्म उत्तों बारी प्रणाम है शहीदां नूं। जिंदड़ी धर्म तो बारी प्रणाम है शहीदां नूं। जिन्ना जिंदड़ी धर्म तो बारी प्रणाम है शहीदां नूं। जिन्ना जिंदड़ी धर्म तो बारी प्रणाम है शहीदां नूं। जिन्ना जिंदड़ी धर्म तो बारी प्रणाम है प्यारे जी प्रणाम है शहीदां नूं। मेरे प्यारे प्रणाम है शहीदां नूं। प्यारे जी प्रणाम है शहीदां नूं। मेरे प्यारे प्रणाम है शहीदां नूं। प्यारे जी प्रणाम है शहीदां नूं। मेरे प्यारे प्रणाम है शहीदां नूं। ओ जिंदड़ी धर्म प्रणाम है शहीदां नूं। जिंदड़ी धर्म प्रणाम है शहीदां नूं। जिन्ना जिंदड़ी धर्म तुम्हारी प्रणाम है शहीदां नूं। धर्म खातर कुर्बानियां कीतियां उन्हां नूं लख लख सजदा गुरमुख प्यारियो उन्हां दे जीवन तों रोशनी लैके उन्हां नूं अपनी जिंदगी दे रोल मॉडल बनाईए उन्हां नूं सजदा ते जिन्हां सेवा कीती भाई मोती राम मेहरे वर्गे जिन्हां ने वजीद खां सूबे सरहंद की कैद विच ठंडे बुरज विच माता गुजर कौर ते साहिबजादियां नूं दुध पिआउण की सेवा कीती उन्हां नूं भी सजदा। औखे समें जिहड़े सेवादार सेवा करदे आ सजदा करिए दीवान टोडर मल नूं। खालसा जी दुनिया की सब तो महंगी जगह जिन्हें खरीद के साहबजादियां ते माता गुजर कौर दा संस्कार कीता। जे कोई पुछे दुनिया की महंगी जगह कित्थे आ एवें ना कह दिओ कदे अमेरिका चा कनेडा चा इंग्लैंड चा यूरोप चा। दुनिया की सब तो महंगी जगह गुरद्वारा ज्योति सरूप सरहंद की धरती जिथे दीवान टोडर मल ने मोहरां विछा के सोने दियां साहिबजादियां दा संस्कार ली जगह खरीदी सी। नवाब ने आखिया जे इन्हां दा संस्कार करना जिन्नी जगह चाहीदी है सरहंद विच सोने दियां मोहरां विछा दिओ ते कहिंदे सोने दियां मोहरां विछाईयां लंबियां पाईयां सी मोहरां। नवाब ने खड़ियां कर दित्तियां सी थां।